ਨਾਲ ਆ ਦੂਸਰੇ ਘਰ ਪਿੰਡ ਜੂਣੇ ਮੋੜ ਦੇ ਪਿੰਡ ਤੋਂ ਬਾਅਦ ਅਸੀਂ ਛੋਟੀਆਂ ਪਿੰਡ ਪਹੁੰਚੇ ਆ ਜਿਨ੍ਹਾਂ ਨੂੰ ਅਸੀਂ ਲਾਸਟ ਕੇਸ ਸੀ ਜਿਨ੍ਹਾਂ ਨੂੰ ਅਸੀਂ ਫੋਲੋ ਕੀਤਾ ਸੀ ਗਿੱਲ ਫੈਮਿਲੀ ਅਮਰੀਕਾ ਰੋਜ਼ੀ ਫਰਾਂਸ ਜਿੰਨੇ ਵੀ ਚੰਡੀਗੜ੍ਹ 'ਚ ਸਾਡੇ ਮਿੱਤਰ ਪਿਆਰੇ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਚਾਹੇ ਉਹ ਪ੍ਰਾਪਰਟੀ ਦਾ ਸਰਕਲ ਸੀਗਾ ਚਾਹੇ ਬਾਲੀਵੁੱਡ ਹਾਈਟਸ ਤੇ ਚਾਹੇ ਕੀਰਤਨ ਮੰਡਲੀ ਹੋਵੇ ਚਾਹੇ ਕੱਲੇ ਕੱਲੇ ਘਰ ਜਿਹਨੇ ਮਦਦ ਕੀਤੀ 35 ਵਾਲੇ ਸਾਡਾ ਪੁਨੀਤ ਮਿੱਤਰ ਹੈ ਉਹਦਾ ਸਰਕਲ ਪੂਰਾ ਬੜੀ ਹੈਲਪ ਕੀਤੀ ਉਹਨਾਂ ਨੇ ਇਹ ਫੈਮਿਲੀ ਨੂੰ ਅਸੀਂ 3 ਦਿਨ ਪਹਿਲਾਂ ਪੁੱਛਿਆ ਸੀਗਾ ਵੀ ਤੁਹਾਨੂੰ ਭੈਣ ਜੀ ਕਿਹੜੀ ਚੀਜ਼ ਦੀ ਲੋੜ ਹੈ ਇਹ ਕਹਿੰਦੇ ਭਾਜੀ ਮੈਨੂੰ ਸਿਲਾਈ ਆਉਂਦੀ ਹੈ ਮੈਂ ਸਿਲਾਈ ਕਰ ਸਕਦੀ ਹਾਂ ਸਾਡੇ ਸੁਸਾਇਟੀ ਜੀ ਰਹਿੰਦੇ ਆ ਏਕਤਾ ਜੀ ਉਹਨਾਂ ਨੇ ਮਸ਼ੀਨ ਭੇਜੀ ਆਹ ਪੈਰ ਕਿਸੇ ਨੇ ਭੇਜੇ ਮਸ਼ੀਨ ਕਿਸੇ ਨੇ ਭੇਜੀ ਰਾਸ਼ਨ ਕਿਸੇ ਨੇ ਭੇਜਿਆ ਪੈਸੇ ਕਿਸੇ ਨੇ ਭੇਜੇ ਉਸ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਵੀ ਇਹਨਾਂ ਦੇ 3 ਬੱਚੇ ਆਹ ਗੁਰਜੀਤ ਸਿੰਘ ਦੇ ਆ ਜਿਹਨੇ ਸੂਸਾਈਡ ਕਮਿਟ ਕਰ ਲਿਆ ਸੀ ਇਹਨਾਂ ਦੇ ਫਾਦਰ ਜੁੱਤੀਆਂ ਕੱਢਣ ਦਾ ਕੰਮ ਕਰਦੇ ਨੇ ਬਹੁਤ ਜ਼ਿਆਦਾ ਗਰੀਬੀ ਹੈ ਇਹਨਾਂ ਨੂੰ ਅਸੀਂ ਕਹਿ ਰਹੇ ਹਾਂ ਵੀ ਭੈਣ ਜੀ ਕੋਈ ਕੰਮ ਦੀ ਕਿਸੇ ਵੀ ਕੰਮ ਦੀ ਲੋੜ ਹੈ ਕੋਈ ਪੈਸੇ ਦੀ ਲੋੜ ਹੈ ਤਾਂ ਸਾਨੂੰ ਦੱਸੋ ਇਹ ਸਿਰਫ ਰੋ ਰਹੇ ਹਾਂ ਤੇ ਹੱਥ ਬੰਨ ਰਹੇ ਵੀ ਤੁਸੀਂ ਵੀਰ ਜੀ ਸਾਡੇ ਲਈ ਬਹੁਤ ਕੁਝ ਕਰ ਰਹੇ ਹੋ ਕਹਿੰਦੇ ਜਦੋਂ ਲੋੜ ਹੋਏਗੀ ਅਸੀਂ ਤੁਹਾਨੂੰ ਕਹਾਂਗੇ ਆ ਲਹਿਰੇ ਗਾਗੇ ਵਾਲੇ ਸਾਡੇ ਫਰੈਂਡ ਜਿਹੜੇ ਸਾਨੂੰ ਮੋੜ ਮਿਲੇ ਸੀਗੇ ਉਹ ਸਾਡੇ ਨਾਲ ਇੱਥੇ ਵੀ ਚੱਲ ਕੇ ਆਏ ਔਰ ਇਸ ਇੱਕ ਕੋਲੈਬੋਰੇਸ਼ਨ ਬਣ ਗਈ ਔਰ ਆਪਾਂ ਜੁੜ ਗਏ ਹਾਂ ਨਾ ਜੁੜ ਚੁੱਕੇ ਆ ਕਿਉਂਕਿ ਇਹਨਾਂ ਦਾ ਵੀ ਸੇਮ ਕੌਜ਼ ਹੈ ਸਾਡਾ ਵੀ ਉਹੀ ਕੌਜ਼ ਹੈ ਤੇ ਇੱਕ ਹੋਰ ਗੱਲ ਮੈਂ ਆਪਣੇ ਸਾਰੇ ਦੋਸਤਾਂ ਨੂੰ ਦੱਸਣਾ ਚਾਹੁੰਦਾ ਵੀ ਚੋਟੀਆਂ ਪਿੰਡ ਦੇ ਵਿੱਚ ਜਿੱਥੇ ਆਪਾਂ ਖੜੇ ਆ ਇੱਥੇ ਹੁਣ ਤੱਕ ਪਿਛਲੇ 1.5-2 ਮਹੀਨੇ ਦੇ ਵਿੱਚ 25 ਮੌਤਾਂ ਹੋ ਚੁੱਕੀਆਂ 25 ਸੂਸਾਈਡ ਹੋ ਚੁੱਕੇ ਆ ਤੁਹਾਡੀ ਬਹੁਤ ਮਦਦ ਦੀ ਲੋੜ ਹੈ ਅਸੀਂ ਜੋ ਕਰ ਸਕਦੇ ਆ ਤੁਹਾਡੇ ਜੈਨੂਅਨ ਪੈਸੇ ਨੇਕ ਕਮਾਈਆਂ ਚੋਂ ਤੁਹਾਡਾ ਦਸਵੰਦ ਇੱਥੇ ਤੱਕ ਪਹੁੰਚਾਣਾ ਉਹ ਅਸੀਂ ਪਹੁੰਚਾ ਰਹੇ ਹਾਂ ਰਾਸ਼ਨ ਹੋ ਗਿਆ ਇੱਕ ਲਿਵਿੰਗ ਐਕਸਪੈਂਸਿਸ ਹੁੰਦੇ ਆ ਹਰੇਕ ਬੰਦੇ ਦੇ ਉਹ ਅਸੀਂ ਦੇ ਕੇ ਜਾਂਦੇ ਆ ਉਸ ਫੈਮਿਲੀ 'ਚ ਵੀ ਦਿੱਤੇ ਇਹ ਵੀ ਦਿੱਤੇ ਤੇ ਅੱਗੇ ਜਿਹੜਾ ਤੀਜਾ ਕੇਸ ਆਏਗਾ ਉਹਦੇ 'ਚ ਵੀ ਦੇਵਾਂਗੇ ਬਾਕੀ ਮੇਰੀ ਆਹੀ ਅਪੀਲ ਹੈ ਸਾਰਿਆਂ ਨੂੰ ਵੀ ਸਾਡੇ ਨਾਲ ਜੁੜੋ ਅਸੀਂ ਸਿਰਫ ਇਹਨਾਂ ਵਾਸਤੇ ਕਰਨਾ ਹੈ ਇਹਨਾਂ ਦੇ ਫਿਊਚਰ ਵਾਸਤੇ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ